ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਅਮਰਗੜ੍ਹ ਅਧੀਨ ਪੈਂਦੇ ਪਿੰਡ ਮਾਨਵੀ ਦੇ ਇੱਕ ਵਿਅਕਤੀ ਵੱਲੋਂ ਉਸ ਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਦਾਜ ਦੀ ਮੰਗ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਰੀਬ 1.5 ਸਾਲ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਚੂੜਪੁਰ ਵਿਖੇ ਕੀਤਾ ਸੀ। ਥੋੜੇ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਤੇ ਦਿਮਾਗੀ ਤੌਰ ਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਕਈ ਵਾਰ ਸਮਝਾ ਕੇ ਆਪਣੀ ਧੀ ਨੂੰ ਸਹੁਰੇ ਤੋਰ ਦਿੱਤਾ, ਜਿਸ ਦੇ ਚੱਲਦੇ ਉਹਨਾਂ 3 ਮਈ ਨੂੰ ਫੇਰ ਕੁੱਟਮਾਰ ਕੀਤੀ। ਜਦੋਂ ਅਸੀਂ ਪਹੁੰਚੇ ਤਾਂ ਉਹਨਾਂ ਸਾਡੀ ਵੀ ਕੁੱਟਮਾਰ ਕੀਤੀ ਤੇ ਪਿੰਡ ਦੇ ਸਰਪੰਚ ਨੇ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਅਤੇ ਕੋਲ ਖੜ ਕੇ ਸਾਡੀ ਕੁੱਟਮਾਰ ਕਰਵਾਈ। ਉਹਨਾਂ ਸਰਪੰਚ ਤੇ ਕੁੜੀ ਦੇ ਸਹੁਰੇ ਪਰਿਵਾਰ ਕੋਲੋਂ ਨਸ਼ਾ ਵਿਕਾਉਣ ਦੇ ਵੀ ਦੋਸ਼ ਲਗਾਏ। ਜਦੋਂ ਇਸ ਮਾਮਲੇ ਸੰਬੰਧੀ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਫਿਲਹਾਲ ਪੀੜਤ ਪਰਿਵਾਰ ਸਿਵਲ ਹਸਪਤਾਲ ਅਮਰਗੜ੍ਹ ਵਿਖੇ ਜੇਰੇ ਇਲਾਜ ਹੈ। ਹਸਪਤਾਲ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਬਿਆਨ ਲੈਣੇ ਬਾਕੀ ਹਨ। ਅਮਰਗੜ੍ਹ ਤੋਂ ਰਣਜੀਤ ਸਿੰਘ ਗੀਗਾ ਮਾਜਰਾ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਰੁਪਿੰਦਰ ਕੌਰ ਹੈ ਤੇ ਮੈਂ ਚੂੜਪੁਰ ਮਰਾਸੀਆਂ ਵਿਆਹੀ ਹੋਈ ਹਾਂ ਜੀ। ਮੇਰੇ ਸਹੁਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਉਹ ਦਾਜ ਦੀ ਮੰਗ ਕਰ ਰਹੇ ਸੀ ਮੇਰੇ ਤੋਂ। ਜਦੋਂ ਹੁਣ ਵਾਰ ਵਾਰ ਮੇਰੇ ਤੋਂ ਹਰ ਇੱਕ ਚੀਜ਼ ਦੀ ਮੈਨੂੰ ਕਹਿੰਦੇ ਸੀ ਆਪਣੇ ਪੇਕਿਆਂ ਦੀ ਚੀਜ਼ ਲੈ ਕੇ ਆ, ਕੁਛ ਵੀ ਹੋਵੇ ਮੇਰੇ ਪੇਕਿਆਂ ਤੋਂ ਮੰਗਵਾਉਂਦੇ ਸੀ ਉਹ। ਅਤੇ ਅੱਕ ਕੇ ਮੈਂ ਆਪਣੇ ਮਾਂ ਬਾਪ ਨੂੰ ਫੋਨ ਕੀਤਾ ਵੀ ਤੁਸੀਂ ਮੈਨੂੰ ਇੱਥੋਂ ਲੈ ਜਾਓ, ਨਹੀਂ ਫਿਰ ਮੈਂ ਇੱਥੇ ਕੁਛ ਕਰ ਲੂੰਗੀ ਅਤੇ ਮੇਰੀ ਬੱਚੀ ਵੀ ਰੁਲ ਜੂਗੀ। ਮੇਰੇ ਮਾਂ ਬਾਪ ਸਵੇਰੇ ਹੀ ਮੈਨੂੰ ਲੈਣ ਆ ਗਏ। ਜਦੋਂ ਲੈਣ ਆਏ ਮੈਂ ਮੇਰੇ ਕਿਹਾ ਵੀ ਮੇਰਾ ਸਮਾਨ ਆ ਪਹਿਲਾਂ ਉਹ ਸਮੇਟੋ, ਮੈਂ ਤਾਂ ਜਾਊਂਗੀ ਕਿਉਂਕਿ ਮੇਰੀ ਸੱਸ ਮੇਰੇ ਬੈੱਡਾਂ 'ਚ ਭੁੱਕੀਆਂ ਦੇ ਗੱਟੇ ਰੱਖਦੀ ਸੀ। ਮੈਂ ਇੱਕ ਦੋ ਵਾਰ ਆਪ ਦੇਖਿਆ ਜਦੋਂ ਮੈਂ ਪੇਕੇ ਗਈ ਹੁੰਦੀ ਸੀ, ਇੱਕ ਦੋ ਵਾਰ ਮੈਨੂੰ ਆਪ ਖੁਦ ਮੈਂ ਜਾ ਕੇ ਦੇਖੇ ਆ, ਇੱਕ ਗੱਟੇ ਦੇਖੇ ਨੇ ਮੈਂ ਪਏ ਅਤੇ ਮੈਂ ਉਹਨੂੰ ਪੁੱਛਦੀ ਸੀ ਵੀ ਇਹ ਕਿਉਂ ਰੱਖੇ ਨੇ, ਉਹ ਕਹਿੰਦੀ ਉਹ ਤਾਂ ਮੈਂ ਐਵੇਂ ਹੀ ਰੱਖੂੰਗੀ। ਅਤੇ ਮੈਨੂੰ ਕਹਿੰਦੀ ਸੀ ਤੂੰ ਵੀ ਮੇਰੇ ਨਾਲ ਰਲ ਕੇ ਗੋਲੀਆਂ ਅਤੇ ਹੋਰ ਨਸ਼ਾ ਵੇਚ, ਪਰ ਮੈਂ ਕਹਿੰਦੀ ਸੀ ਮੈਂ MA BEd ਆ, ETT ਟੈਟ ਕਲੀਅਰ ਆ ਮੇਰਾ, ਵੀ ਮੈਂ ਇਹ ਕੰਮ ਨਹੀਂ ਕਰਨਾ, ਮੈਂ ਤੁਹਾਨੂੰ ਵੀ ਹਟਾਉਣਾ। ਫਿਰ ਮੇਰੀ ਕੁੱਟਮਾਰ ਕਰਦੇ ਸੀ ਮੇਰੇ ਚਾਚਾ ਸਹੁਰਾ, ਮੇਰੇ ਚਾਚੇ ਸਹੁਰੇ ਦਾ ਮੁੰਡਾ ਅਤੇ ਮੇਰੀ ਚਾਚੀ ਸੱਸ, ਇਹ ਸਾਰੇ ਰਲ ਕੇ ਮੇਰੀ ਕੁੱਟਮਾਰ ਕਰਦੇ ਸੀ, ਮੇਰੇ ਤੋਂ ਦਾਜ ਦੀ ਵੀ ਮੰਗ ਕਰਦੇ ਸੀਗੇ। ਹੁਣ ਮੈਂ ਬਸ ਉਹਨਾਂ ਨੇ ਮੇਰੇ ਪੇਕੇ ਪਰਿਵਾਰ ਨੂੰ ਕੁੱਟਿਆ, ਮੈਨੂੰ ਵੀ ਕੁੱਟਿਆ ਜੀ, ਅਤੇ ਉਹਨਾਂ ਨੇ ਮੇਰੀ 8 ਮਹੀਨਿਆਂ ਦੀ ਬੱਚੀ ਨੂੰ ਵੀ ਖਿੱਚ ਧੂ ਕੀਤੀ ਆ। ਉਹ ਖਿੱਚ ਧੂ ਦੇ ਵਿੱਚ ਇੰਨੀ ਜ਼ਿਆਦਾ ਉਹ ਅਪਸੈੱਟ ਹੋ ਗਈ ਸੀ, ਬਾਅਦ ਵਿੱਚ ਮੈਂ ਬਹੁਤ ਔਖੀ ਸੈੱਟ ਕੀਤੀ ਆ ਜੀ ਉਹ। ਅਤੇ ਹੁਣ ਮੈਂ ਬਸ ਇੱਕੋ ਹੀ ਮੰਗ ਆ ਮੇਰੀ ਵੀ ਮੇਰੇ ਡੈਡੀ ਦੀ ਪੱਗ ਲਾਈ ਸੀ ਉਹਨਾਂ ਨੇ, ਉਹਦਾ ਇਨਸਾਫ ਚਾਹੀਦਾ। ਜੋ ਮੇਰੇ ਨਾਲ ਹੁਣ ਤੱਕ ਉਹਨਾਂ ਨੇ ਖਿੱਚ ਧੂ, ਜੋ ਮੇਰੇ ਨਾਲ ਹੁਣ ਮਾਰ ਕਟਾਈ ਕੀਤੀ, ਮੈਨੂੰ ਇਨਸਾਫ ਚਾਹੀਦਾ। ਮਲਕੀਤ ਸਿੰਘ ਆ ਜੀ, ਮਾਨਵੀ ਆ ਜੀ। ਅਸੀਂ ਜੀ ਆਪਣੇ ਗੁੜੀਆ ਦੇ ਘਰ ਗਏ ਸੀ 1.5 ਸਾਲ ਪਹਿਲਾਂ। ਮੈਂ ਗੁੜੀਆ ਪਿੰਡ ਚੂੜਪੁਰ ਬਿੱਟੂ ਸਿੰਘ ਮੇਰਾ ਜਮਾਈ ਦੇ ਨਾਲ ਸੀ, ਉਹਦੇ ਨਾਲ ਵਿਆਹੀ ਸੀ। ਉਹ ਮੈਂਟਲੀ ਤੌਰ 'ਤੇ ਟੋਰਚਰ ਕਰਦੇ ਸੀ ਜੀ। ਅਤੇ ਪਹਿਲਾਂ ਕੱਲ੍ਹ ਸਾਨੂੰ ਫੋਨ ਆਇਆ ਤਾਂ ਉਹ ਟੂਮਾ ਮੰਗ ਰਹੇ ਸੀ। ਪਹਿਲਾਂ ਟੂਮਾ ਲੈ ਲਈਆਂ ਸੀ ਜਿਹੜੀਆਂ ਮੈਂ ਟੂਮਾ ਪਾਈਆਂ ਸੀ, ਉਹ ਫਿਰ ਕਹਿ ਰਹੇ ਸੀ ਦੇ ਦਿਓ ਸਾਨੂੰ। ਅਤੇ ਅਸੀਂ ਸਮਝਾਉਣ ਗਏ ਅਤੇ ਜਦੋਂ ਸਮਝਾਉਣ ਗਏ ਤਾਂ ਉੱਥੇ ਸਾਡੀ ਉਹਨਾਂ ਨੇ ਕੁੱਟਮਾਰ ਕੀਤੀ। ਪਹਿਲਾਂ ਤਾਂ ਉਹ ਦੇਖਦੇ ਰਹੇ, ਜਦੋਂ ਸਰਪੰਚ ਆ ਗਿਆ ਫਿਰ ਸਰਪੰਚ ਦੀ ਸਹਿ 'ਚ ਉਹਨਾਂ ਨੇ ਸਾਨੂੰ ਕੁੱਟਮਾਰ ਬਹੁਤ ਕੀਤੀ। ਸਰਪੰਚ ਨੇ ਸਾਰਾ ਕੁਛ ਆਪਣੇ ਹੱਥੀਂ ਆਪ ਕਰਾਇਆ। ਅਤੇ ਅਸੀਂ ਗੁੜੀਆ ਦੇ ਬੈੱਡ ਦੂਸਰੇ ਕਮਰੇ 'ਚ ਲਾਉਂਦੇ ਸੀ ਵੀ ਖਰਾਬ ਕਰਦੇ ਸੀ ਨਾ, ਉਹ ਭੁੱਕੀ ਅਤੇ ਸ਼ਰਾਬ ਅਤੇ ਗਾਂਜਾ ਗੂੰਜਾ ਵੇਚਦੇ ਸੀ। ਪਿਛਲੀ ਵਾਰ ਜਦੋਂ ਗੁੜੀਆ ਆਈ ਤਾਂ ਉਸ ਉਹਦੇ ਵਿੱਚ ਭੁੱਕੀ ਦੀ ਬੋਰੀ ਰੱਖ ਦਿੱਤੀ ਸੀ। ਅਸੀਂ ਕਿਹਾ ਵੀ ਸਾਡੇ ਇੱਥੇ ਉੱਧਰਲੇ ਪਾਸੇ ਰੱਖ ਦਈਏ, ਅਤੇ ਅਸੀਂ ਉਹ ਉੱਧਰ ਰੱਖਤੇ ਸੀ ਜੀ। ਅਤੇ ਸਰਪੰਚ ਦੇ ਸਾਡੇ ਨਾਲ ਕੁੱਟਮਾਰ ਕਰਾਈ। ਅਸੀਂ ਸਰਪੰਚ ਨੂੰ ਕਿਹਾ ਵੀ ਤੁਸੀਂ ਬਹਿ ਕੇ ਗੱਲ ਕਰ ਲਓ ਜੀ, ਉਹ ਸਰਪੰਚ ਕਹਿੰਦਾ ਨਹੀਂ ਬਹਿ ਕੇ ਨਹੀਂ ਗੱਲ ਕਰਨੀ ਹੈਗੀ। ਅਤੇ ਉਹਨਾਂ ਨੇ ਸਾਰਾ ਕੀਤਾ ਸਾਨੂੰ, ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ, ਸਾਡੇ ਤੇਜ਼ ਧਾਰ ਹਥਿਆਰਾਂ ਨਾਲ ਵੀ ਵਾਰ ਕੀਤੇ ਜੀ। ਮੇਰੀ ਗੁੜੀਆ ਦੇ ਵੀ ਦੋਹਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ, ਮੇਰੇ ਬੇਟੇ ਦੇ ਵੀ ਕੁਛ ਮਾਰਿਆ ਤੇਜ਼ ਧਾਰ ਹਥਿਆਰਾਂ, ਮੇਰੀ ਘਰਵਾਲੀ ਦੇ ਕੱਪੜੇ ਪਾੜਤੇ ਅਤੇ ਨਾਲੇ ਉਹਦੇ ਦੰਦ ਹਿੱਲ ਗਏ। ਅਤੇ ਉਹ ਸਰਪੰਚ ਵੀ ਸਾਨੂੰ ਸੂਚਕ ਜਾਤੀ ਸ਼ਬਦ ਵੀ ਬੋਲੇ ਜੀ। ਸਰਪੰਚ ਨੇ ਸਾਨੂੰ ਕਿਹਾ ਜਿਹੜਾ ਕੁਛ ਕਰਨਾ ਕਰ ਲਓ, ਮੈਂ ਤਾਂ ਇਸ ਤਰ੍ਹਾਂ ਹੀ ਇਹਨਾਂ ਤੋਂ ਭੁੱਕੀ ਸ਼ਰਾਬ ਵਕਾਊਂਗਾ, ਇਹਨਾਂ ਨੇ ਤਾਂ ਟਾਈਮ ਪਾਸ ਕਰਨਾ ਹੈ। ਅਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਨੂੰ ਇਨਸਾਫ ਦਵਾਇਆ ਜਾਵੇ। ਆਪ ਜੀ ਦਾ ਧੰਨਵਾਦ। ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ, ਮੇਰਾ ਪਿੰਡ ਮਾਨਵੀ ਆ। ਮੈਂ ਆਪਣੀ ਭੈਣ ਚੂੜਪੁਰ ਮਰਾਸੀਆਂ ਪਿੰਡ ਬਿੱਟੂ ਸਿੰਘ ਨਾਲ ਵਿਆਹੀ ਸੀਗੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਨਾਲ ਰਿਸ਼ਤੇ ਵੇਲੇ ਧੋਖਾ ਕੀਤਾ। ਕਹਿੰਦੇ ਸੀਗੇ ਕਿ ਮੁੰਡਾ ਸਰਕਾਰੀ ਜੋਬ ਰਜਿੰਦਰਾ ਹੋਸਪਿਟਲ 'ਚ ਲੱਗਿਆ ਹੋਇਆ। ਸਾਨੂੰ 6 ਮਹੀਨਿਆਂ ਬਾਅਦ ਪਤਾ ਚੱਲਿਆ ਕਿ ਉਹਨੇ ਜੀ ਐੱਨ ਐੱਮ ਵੀ ਨਹੀਂ ਸੀ ਕੀਤੀ, ਅਤੇ ਮੇਰੀ ਖੁਦ ਦੀ ਭੈਣ MA BEd ETT ਟੈਟ ਪਾਸ ਆ ਜੀ।
तो मेरे मदर फादर भी इंपलॉई ने, गवर्नमेंट इंपलॉई ने, तो असं एक तरीके फस गए थे। असं टाइम पास करी गए भी चलो साड़ी कुड़ी नौकरी मिल जूगी, पर टाइम टाइम तो कदे पैसों की मंग करते रहे। फिर एक बार उन्होंने इनवर्टर मंगया, असं इनवर्टर लवाया, तो उस तो बाद उन्होंने भैन दियां टूमा लै लियां, तो हुण जिहड़ियां टूमा डैडी उन्होंने पाइया सिर्फ वो रह गईयां सीगियां। तां भैन नूं पिछले हफ्ते ही अजी छड के आए सीगे, तो पिछले हफ्ते जदों छड के आए सी, हजे एक हफ्ता ही होया सीगा कि भैन दा एक रात पहला फोन आया कि जेकर भी तुसीं इन्हां नूं आके समझाओ भी ये मेरे तो होर टूमा मंगदे आ, भी नहीं जे मैं कुछ कर लिया मेरी 8 महीने की कुड़ी रुल जूगी। तो असीं सवेरे साजरे ही उन्हां नूं समझाउण गए सीगे। उत्थे जदों असीं गए तां सरपंच ने 20-25 जिहड़े मतलब आले दुआले सारे बंदे सी उन्हां तों हमला करवाया साडे ते, साडे ते मतलब मम्मी दे दंद तोड़ते, उन्हां दे कपड़े फाड़ते, भैणां दे थप्पड़, तो मेरे तो डैडी के तेज़ धार हथियारों नाल हमला भी किया, तो साढ़े टांके लगे। तो असी मंग करते हैं कि किसी भी कुड़ी नाल एवें ना हो जिवें साढ़े नाल धोखा होया। असी एक वधिया परिवार तो सी, उत्थों का जिहड़ा सरपंच आ वह खुद उन्हां तों गलत काम करवाउंदा, ब्लैक करवाउंदा। असी पिछली बार जदों कुड़ी नूं लैके आए सी तां उन्होंने कुड़ी साडी कुड़ी दे बैड दे विच भुक्की दीआं बोरियां रखतीआं सीगीआं, तां असी उह बर्दाश्त कर लिया सीगा कि चलो कोई नहीं नौकरी मिल जू तां इक साइड हो जाएंगे। पर उन्हां दे सरपंच नूं असी हर वार इतलाह कीती आ, उन्हें यह कहा कि तुसीं जिथे जाना जाओ ये तो एवें ही करनगे जी। सो असी प्रशासन तो मंग करते हैं कि सानूं इंसाफ दिता जाए। चमकौर सिंह नौ चूड़पुर मरासिया, मेरा पिंड चूड़पुर मरासिया, मेरे घर के सरपंच ने जी पिंड। हाँ जी, वो मेरे पिंड का भजो कौर का बेटा है जी, बिट्टू सिंह मानवी ब्याह है मलकीत सिंह के घर। वो भाणजे का कोई मैटर सीगा जी, वह कहिंदे भी तुसीं इह मुंडा उरे ना रखो, कुड़ी वह नाराज सीगी साडे पिंड दी नूंह है कड़ी। वह चलो मैं कुछ दिन पहला जी उन्हों आपदे उत्थे घर छुड़वाता, कह के इन्हों भी भाई ना रखो कलेस होंदा। वो कुड़ी आ गई जी, कल इन्होंने आके जी पिंड बहुत रौला रप्पा किया, समान चके धक्के मुक्की हुए आप च, असी भी चल गए जी रोकया, पर साडे समझाए नहीं समे जी। तो बहुत उन्होंने झगड़ा किया, गाली गलोच मलकीत सिंह ने आप बहुत ज़्यादा भद्दी शब्दली बोली जी, तो बहुत औखे शांत करके जी उन्होंने असी भेजा, तो मसा टकई करवाई जी, काफ़ी धक्का मुक्के हुए जी। नहीं जी, इदा का कोई मैं गलत नहीं बोलिया, कोई पिंड आए बंदे इदा कोई गलत नहीं बोल सकता, कोई सबूत हो जुम्मेवार मैं गलत बोलिया हो देनदार जी इस गल का। समय के हिसाब न थोनू पता जी, सरकार नशे से वैसे ही रोक है, असी ये काम नहीं करवा सकते पिंड ना होए। 2013 तो मैं सरपंच हाँ, कोई पिंड च परचा होया हो, कोई किसी किस्म का कोई रैसट पई हो, सरपंच भी सरकार अचक नहीं बख्शते जी, मैं गलत काम कराऊंगा जी। एक बिल्कुल गलत है, बेबुनियाद मेरे तो इल्जाम है जी, गलत इल्जाम लाए जी, बहुत ही ज़्यादा गलत इल्जाम लाए जी। सा हरजिंदर कौर जी मनवी जी, हाँ जी, साड़ी बेटी ना 1.5 साल पहला जी ब्याही सी चूड़पुर मरासिया जी, बिट्टू सिंह फादर ऑफ पाल सिंह जी, पाला सिंह, हाँ जी, तो झूठ लिया बोल के साढ़े तो रिश्ता लिया गया जी, भी मुंडा सरकारी डॉक्टर है जी। नहीं जब हूँ असी पता किया जी, मुंडा सैकंड ईयर के GNM करता जी, वह भी क्लीयर नहीं, रिवर्स आई हो, रीपेयर चो रीपेयर आई हुई है जी। तो हूँ साड़ी बेटी तो टॉर्चर करते सके, साड़ी बेटी ने एक दिन परसों रात न कहती भी मैनू लै जाओ, नहीं मैं कुछ कर लूँगी, भी ऐ करके नानी भी टूमा मंगती आ, तो मम्मी भी दुखी करती है, कहती बहुत ज़्यादा, कहती नाले मेरी बेटी रुलजू 8 महीनों की, नाले कहती थोड़ी बेटी रुलजू, कहती असी उन्होंने समझाउण गए सीगे जी। तो सरपंच कहिंदा जी, जब मैं कहा सरपंच नूं भी, सरपंच कह रहा सी कहिंदा भी महां भी तुसीं भुक्की दा काम हटवा दो इन्हां तों, भी आपे काम करने, कहिंदे घर कित्थों चलाउण, सरपंच ने कहा जी। महां सरपंच साहब आपां घर बैठ के गल कर लैंदे, चलो थोड़े घर चलते हैं। जब असीं थले आए जी, थले इन्हां दा डैडी फड़ लिया जी, इहदे मासड़ ने बिट्टू सिंह दे ने, उपर बेटा फड़ लिया जी। जब बैक मुड़ के देखा जी, बेटा ते बेटी फड़े हुए उन्हें, तो बेटे दे पता नहीं की मारिया जी, उधरों थले उहदे डैडी ने मासड़ ने मगर सिंह ने मारिया जी। तो सरपंच को ने सारा सरपंच दे राही होया जी, सरपंच कह रहा जी ये तो एवें ही करनगे, एवें ही 2 नंबर का काम करनगे जी, भुक्की बेचणगे जी। हाँ जी, नहीं जी हजे कोई नहीं आए साढ़े कोलों जी।
ਕੀ ਮੰਗ ਕਰਦੇ ਹੋ? ਅਸੀਂ ਇਹੀ ਕਰਦੇ ਹਾਂ ਵੀ ਜਿਹੀ ਜੀ ਸਾਡੀ ਧੀ ਨਾਲ ਹੋ ਰਹੀ ਹੈ ਕਿਸੇ ਵੀ ਧੀ ਨਾਲ ਨਾ ਹੋਵੇ ਜੀ। ਸਾਨੂੰ ਇਨਸਾਫ ਚਾਹੀਦਾ ਜੀ ਕਿਸੇ ਦੀ ਬੇਟੀ। ਸੰਜੇ ਗੋਇਲ, ਸੀਨੀਅਰ ਮੈਡੀਕਲ ਆਫਿਸਰ ਇੰਚਾਰਜ CSC ਅਮਰਗੜ੍ਹ ਤੋਂ। ਸਾਡੇ ਕੋਲ ਕੱਲ੍ਹ ਮਨਵੀ ਪਿੰਡ ਤੋਂ ਜਿਹੜੀ ਇੱਕ ਫੈਮਿਲੀ ਦੇ 4-5 ਜਿਹੜੇ ਪੇਸ਼ੈਂਟਸ ਆਏ ਨੇ ਮੈਡੀਕੋਲੀਗਲ ਇੰਜਰੀਜ਼ ਦੇ ਨਾਲ, ਅਤੇ ਉਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਆ ਉਹ ਕਰਤਾ, ਅਤੇ ਕਰਨ ਤੋਂ ਬਾਅਦ ਰੁਕਾ ਜਿਹੜਾ ਹੈਗਾ ਪੁਲਿਸ ਨੂੰ ਭੇਜਤਾ, ਅਤੇ ਉਹਨਾਂ ਦੀ ਅਗਲੀ ਇਨਫੋਰਮੇਸ਼ਨ ਵਾਸਤੇ ਅਤੇ ਕਾਰਵਾਈ ਕੀਤੀ।